ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋਸ਼ਲ ਮੀਡੀਆ ਪਲੇਟਫਾਰਮ ਸਿੱਧੂ ਚੱਕਵਾਲਾ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ। ਤੇ ਹਰੇਕ ਪਰਸਨ ਅੱਜ ਕੱਲ੍ਹ ਪੈਸਾ ਕਮਾਉਣਾ ਚਾਹੁੰਦਾ, ਹਰੇਕ ਦਾ ਮਕਸਦ ਪੈਸਾ ਕਮਾਉਣਾ ਹੀ ਹੈ, ਵੀ ਪੈਸਾ ਕਿਵੇਂ ਨਾ ਕਿਵੇਂ ਕਿਵੇਂ ਕਮਾਇਆ ਜਾ ਸਕਦਾ, ਹੈ ਨਾ, ਸੌਖੇ ਤਰੀਕੇ ਦੇ ਨਾਲ। ਤੇ ਤੁਹਾਨੂੰ ਮੈਂ ਦੱਸਣ ਲੱਗਿਆ ਕਿ ਯੂਟਿਊਬ ਤੋਂ ਵੀ ਆਪਾਂ ਪੈਸਾ ਕਮਾ ਸਕਦੇ ਹਾਂ। ਯੂਟਿਊਬ ਤੋਂ ਪੈਸਾ ਕਦੋਂ ਆਉਂਦਾ ਅਤੇ ਕਿਵੇਂ ਆਉਂਦਾ, ਇਸ ਦੀ ਸਾਰੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਪੰਜਾਬੀ ਭਾਸ਼ਾ ਦੇ ਵਿੱਚ ਤੁਸੀਂ ਇਸ ਚੈਨਲ ਨਾਲ ਬਣੇ ਰਹੋ। ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ। ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਤਾਂ ਜੋ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਿੱਧਾ ਮਿਲ ਸਕੇ। ਤੇ ਆਓ ਵੀਡੀਓ ਸ਼ੁਰੂਆਤ ਕਰਦੇ ਹਾਂ। ਯੂਟਿਊਬ 'ਤੇ ਤੁਹਾਡਾ ਚੈਨਲ ਬਣਿਆ ਹੋਣਾ ਚਾਹੀਦਾ ਪਹਿਲਾਂ ਤਾਂ, ਤੁਹਾਨੂੰ ਪਤਾ ਹੀ ਹੋਊਗਾ ਇਹਦੇ ਬਾਰੇ। ਸੈਕੰਡਲੀ, ਪੈਸਾ ਕਦੋਂ ਅਤੇ ਕਿਵੇਂ ਆਉਂਦਾ, ਇਹਦੇ 'ਤੇ ਤੁਹਾਨੂੰ ਮੈਂ ਦੱਸ ਦਿੰਦਾ ਕ੍ਰਾਈਟੀਰੀਆ। ਯੂਟਿਊਬ 'ਤੇ ਪਹਿਲਾਂ ਸਬਸਕ੍ਰਾਈਬਰ ਚਾਹੀਦੇ ਹੁੰਦੇ ਆ ਤੁਹਾਡੇ, ਪਹਿਲਾਂ ਤਾਂ ਸੀਗੇ 1,000 ਸਬਸਕ੍ਰਾਈਬਰ, ਹੁਣ ਯੂਟਿਊਬ ਨੇ ਕ੍ਰਾਈਟੀਰੀਆ ਬਦਲਤਾ, ਤੁਹਾਨੂੰ ਸਿਰਫ 500 ਸਬਸਕ੍ਰਾਈਬਰ ਚਾਹੀਦੇ ਆ ਅਤੇ 4,000 ਵਾਚ ਟਾਈਮ ਚਾਹੀਦਾ। ਜਦੋਂ ਤੁਹਾਡੇ ਕੋਲ 500 ਸਬਸਕ੍ਰਾਈਬਰ ਪੂਰੇ ਹੋ ਜਾਂਦੇ ਆ ਅਤੇ 4,000 ਵਾਚ ਟਾਈਮ ਪੂਰਾ ਹੋ ਜਾਂਦਾ, ਉਸ ਤੋਂ ਬਾਅਦ ਚੈਨਲ ਮੋਨੇਟਾਈਜੇਸ਼ਨ ਹੁੰਦਾ। ਹੁਣ ਕਈ ਵੀਰਾਂ ਨੂੰ ਨਹੀਂ ਪਤਾ ਹੋਵੇਗਾ ਮੋਨੇਟਾਈਜੇਸ਼ਨ ਕੀ ਹੁੰਦਾ, ਠੀਕ ਆ। ਜਦੋਂ ਤੁਸੀਂ ਦੋਨੇ ਇਹ ਸ਼ਰਤਾਂ ਪੂਰੀਆਂ ਕਰ ਦਿੰਦੇ ਹੋ ਤਾਂ ਉੱਥੇ ਮੋਨੇਟਾਈਜੇਸ਼ਨ ਲਈ ਅਪਲਾਈ ਹੁੰਦਾ। ਅਪਲਾਈ ਤੋਂ ਭਾਵ ਜਿਹੜਾ ਤੁਹਾਡਾ ਚੈਨਲ ਯੂਟਿਊਬ ਵੱਲ ਰਜਿਸਟਰਡ ਹੋ ਜਾਂਦਾ। ਯੂਟਿਊਬ ਕੀ ਕਰਦਾ, ਜਦੋਂ ਤੁਹਾਡਾ ਚੈਨਲ ਰਜਿਸਟਰਡ ਹੋ ਗਿਆ, ਤੁਸੀਂ ਕੋਈ ਵੀ ਕੰਟੈਂਟ ਪਾਉਂਦੇ ਹੋ, ਚਾਹੇ ਸ਼ਾਰਟ ਵੀਡੀਓ ਚਾਹੇ ਲੌਂਗ ਵੀਡੀਓ, ਯੂਟਿਊਬ ਉੱਥੇ ਕੋਈ ਨਾ ਕੋਈ ਐਡ ਲਗਾਉਂਦਾ, ਐਡਸੈਂਸ ਲਗਾਉਂਦਾ। ਜਿੰਨੀ ਵੱਧ ਤੋਂ ਵੱਧ ਤੁਹਾਡੀ ਐਡਸੈਂਸ ਲੱਗੂਗੀ ਤੁਹਾਡੀ ਵੀਡੀਓ 'ਤੇ, ਤੁਹਾਡਾ ਚੈਨਲ ਵੇਖਿਆ ਜਾਊਗਾ, ਵੀਡੀਓ ਵੇਖੀਆਂ ਜਾਣਗੀਆਂ, ਉਨੀ ਤੁਹਾਨੂੰ ਜ਼ਿਆਦਾ ਅਰਨਿੰਗ ਹੋਊਗੀ। ਮੋਨੇਟਾਈਜੇਸ਼ਨ ਅਪਲਾਈ ਕਿਵੇਂ ਹੁੰਦੀ ਆ, ਕਈ ਵੀਰਾਂ ਨੂੰ ਅਪਲਾਈ ਨਹੀਂ ਕਰਨੀ ਆਉਂਦੀ। ਅਗਰ ਤੁਸੀਂ ਦੋਨੇ ਕ੍ਰਾਈਟੀਰੀਆ ਪੂਰੇ ਕਰ ਲਏ ਆ, ਤੁਹਾਨੂੰ ਅਪਲਾਈ ਨਹੀਂ ਕਰਨੀ ਆਉਂਦੀ, ਆਪਾਂ ਤੁਹਾਨੂੰ ਬਿਲਕੁਲ ਫ੍ਰੀ ਆਫ ਕੋਸਟ ਦੇ ਵਿੱਚ ਦੱਸਾਂਗੇ। ਤੁਸੀਂ ਮੈਨੂੰ 9465711591 9465711 5 'ਤੇ ਜਦੋਂ ਮਰਜ਼ੀ ਵਟਸਐਪ ਮੈਸੇਜ ਕਰ ਸਕਦੇ ਹੋ। ਇਹ ਦੋਨਾਂ ਕ੍ਰਾਈਟੀਰੀਆ ਪੂਰਾ ਕਰਨ ਤੋਂ ਬਾਅਦ ਫ੍ਰੀ ਆਫ ਕੋਸਟ ਤੁਹਾਨੂੰ ਦੱਸਿਆ ਜਾਊਗਾ, ਕੋਈ ਚਾਰਜਸ ਨਹੀਂ ਲਿਆ ਜਾਊਗਾ। ਜਦੋਂ ਤੁਸੀਂ ਮੋਨੇਟਾਈਜੇਸ਼ਨ ਤੁਹਾਡੀ ਅਪਲਾਈ ਹੋ ਜਾਂਦੀ ਆ, ਅਪਲਾਈ ਤੋਂ ਬਾਅਦ ਕਈ ਵਾਰ ਤਾਂ 24 ਘੰਟਿਆਂ ਦੇ ਵਿੱਚ ਵੀ ਯੂਟਿਊਬ ਵੱਲੋਂ ਨੋਟੀਫਿਕੇਸ਼ਨ ਆ ਜਾਂਦਾ ਵੀ ਤੁਸੀਂ ਤੁਹਾਡੀ ਯੂ ਆ ਬਿਕਮ ਦਾ ਪਾਰਟਨਰ ਪ੍ਰੋਗਰਾਮ ਆਫ ਯੂਟਿਊਬ, ਅਤੇ ਕਈ ਵਾਰ 1-2 ਦਿਨ ਲੱਗ ਜਾਂਦੇ, ਕਈ ਵਾਰ ਚੈਨਲ ਚੈੱਕ ਕੀਤਾ ਜਾਂਦਾ। ਚੈਨਲ ਦੇ ਵਿੱਚ ਕੀ ਕੁਛ ਚੈੱਕ ਕੀਤਾ ਜਾਂਦਾ, ਤੁਸੀਂ ਕਿਸੇ ਦਾ ਰੀਯੂਜ਼ ਕੰਟੈਂਟ ਤਾਂ ਨਹੀਂ ਕੀਤਾ, ਤੁਸੀਂ ਕੋਈ ਉਹ ਆਡੀਓ ਤਾਂ ਨਹੀਂ ਯੂਜ਼ ਕੀਤੀ ਜਿਹੜੀ ਕਿਸੇ ਗਾਣੇ ਦੇ ਵਿੱਚੋਂ ਜਾਂ ਵੀਡੀਓ 'ਚ ਲਈ ਗਈ ਹੋਵੇ, ਕਿਤੋਂ ਕਟਿੰਗ ਲੈ ਕੇ ਤਾਂ ਨਹੀਂ, ਕੋਈ ਕੱਟ ਵੱਢ ਕੇ ਤਾਂ ਨਹੀਂ, ਕੋਈ ਵੀਡੀਓ ਪਾਈਆਂ ਹੋਈਆਂ ਕਿਤੋਂ ਕਿਸੇ ਦੀਆਂ, ਅਤੇ ਫਿਰ ਕਾਪੀਰਾਈਟ ਆ ਜਾਂਦਾ। ਅਤੇ ਇਸ ਕਰਕੇ ਤੁਸੀਂ ਜਦੋਂ ਵੀ ਯੂਟਿਊਬ 'ਤੇ ਕੰਮ ਕਰੋ, ਪਾਰਦਰਸ਼ਤਾ ਦੇ ਨਾਲ ਕਰਨਾ, ਤੁਹਾਡਾ ਕੰਟੈਂਟ ਜਿਹੜਾ ਹੋਊਗਾ ਉਹ ਤੁਹਾਡਾ ਸਾਰਾ ਓਰੀਜਨਲ ਹੋਣਾ ਚਾਹੀਦਾ। ਜੇ ਤੁਹਾਡੇ ਮੰਨ ਲਓ ਤੁਸੀਂ ਕਿਸੇ ਨੇ ਕਿਸੇ ਵੀਡੀਓ 'ਤੇ ਟਿਊਨਿੰਗ ਵਗੈਰਾ ਲਗਾਈ ਆ, ਉਸ 'ਤੇ ਕਾਪੀਰਾਈਟ ਆ ਰਿਹਾ, ਉਹਦਾ ਵੀ ਹੱਲ ਹੈਗਾ, ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਆਪਾਂ ਉਹ ਕੰਟੈਂਟ ਰਿਮੂਵ ਕਰ ਦਿਆਂਗੇ, ਠੀਕ ਆ। ਅਤੇ ਤੁਸੀਂ ਨੈਕਸਟ ਟਾਈਮ ਤੋਂ ਕਿਸੇ ਵੀ ਗਾਣੇ ਦੀ ਜਾਂ ਵੀਡੀਓ ਦੀ ਕਾਪੀਰਾਈਟ ਨਹੀਂ ਯੂਜ਼ ਕਰਨਾ, ਕਿਸੇ ਦੀ ਕਾਪੀ ਕਰਕੇ ਉਸ ਵੀਡੀਓ ਨੂੰ ਆਪਣੇ ਚੈਨਲ 'ਤੇ ਨਹੀਂ ਪਾਉਣਾ ਗਾ। ਅਤੇ ਜਿੰਨਾ ਤੁਸੀਂ ਆਪਣਾ ਓਰੀਜਨਲ ਕੰਟੈਂਟ ਦਿਖਾਓਗੇ, ਉਨਾ ਹੀ ਤੁਹਾਡਾ ਜ਼ਿਆਦਾ ਵਿਊ ਹੋਊਗਾ, ਚੈਨਲ ਗਰੋ ਕਰੂਗਾ, ਅਤੇ ਉਨੇ ਹੀ ਤੁਹਾਨੂੰ ਵੱਧ ਪੈਸੇ ਆਉਣਗੇ ਯੂਟਿਊਬ ਤੋਂ। ਜਦੋਂ ਤੁਹਾਡੀ ਮੋਨੇਟਾਈਜੇਸ਼ਨ ਅਪਲਾਈ ਹੋ ਜਾਂਦੀ ਹੈ,
ਠੀਕ ਆ, ਅਪਲਾਈ ਕਰਨ ਤੋਂ ਕਿੰਨੇ ਚਿਰ ਬਾਅਦ ਯੂਟਿਊਬ ਪੈਸਾ ਦਿੰਦਾ? ਇਹ ਤੁਹਾਡੇ ਜਿਹੜਾ ਸਬਸਕ੍ਰਾਈਬਰਾਂ ਤੇ ਡਿਪੈਂਡ ਕਰਦਾ ਵੀ ਤੁਹਾਡੇ ਕਿੰਨੇ ਸਬਸਕ੍ਰਾਈਬਰ ਆ। ਜਦੋਂ ਤੁਹਾਡੀ ਫਸਟ ਟਾਈਮ ਮੋਨੇਟਾਈਜੇਸ਼ਨ ਹੁੰਦੀ ਆ, ਫਸਟ ਟਾਈਮ ਮੋਨੇਟਾਈਜੇਸ਼ਨ ਤੋਂ ਬਾਅਦ ਤੁਹਾਨੂੰ ਜਿਹੜੀ ਫਸਟ ਪੇਮੈਂਟ ਆਉਣ ਲਈ 4 ਤੋਂ 5 ਮੰਥ ਲੱਗ ਜਾਂਦੇ ਆ, 4 ਤੋਂ 5 ਮਹੀਨੇ। ਕਿਉਂਕਿ ਪਹਿਲਾਂ ਪਹਿਲਾਂ ਜਿਹੜਾ ਡਾਲਰ ਆ ਸਿੱਧਾ ਇਸ ਤਰ੍ਹਾਂ ਨਹੀਂ ਹੁੰਦਾ ਵੀ $1 ਬਣ ਗਿਆ ਦਿਨ ਦਾ, $2 ਬਣ ਗਿਆ। ਪਹਿਲਾਂ ਕੁਛ ਪੈਸਿਆਂ 'ਚ ਬਣਦੇ ਆ, ਜਿਵੇਂ 10 ਪੈਸੇ, 5 ਪੈਸੇ, 20 ਪੈਸੇ, 30 ਪੈਸੇ। ਜਿਵੇਂ ਜਿਵੇਂ ਤੁਹਾਡੇ ਸਬਸਕ੍ਰਾਈਬਰ ਵੱਧਦੇ ਆ, ਤੁਹਾਡਾ ਵਾਚ ਟਾਈਮ ਵੱਧਦਾ, ਠੀਕ ਆ, ਉਵੇਂ ਉਵੇਂ ਜਿਹੜਾ ਤੁਹਾਡਾ ਡਾਲਰ ਵਧਣਾ ਸ਼ੁਰੂ ਹੋ ਜਾਂਦਾ। ਅਤੇ ਜਦੋਂ ਤੁਹਾਡੇ $100 ਪੂਰੇ ਹੋ ਜਾਂਦੇ ਆ, ਅਤੇ ਠੀਕ ਆ, ਉਦੋਂ ਤੁਹਾਡੇ ਅਕਾਊਂਟ ਦੇ ਵਿੱਚ ਪੇਮੈਂਟ ਆਉਂਦੀ ਆ। ਪੇਮੈਂਟ ਕਦੋਂ ਆਉਂਦੀ ਆ ਤੁਹਾਨੂੰ ਮੈਂ ਵੀ ਦੱਸ ਦਿੰਦਾ। ਜਿਵੇਂ ਤੁਸੀਂ ਸਾਰਾ ਪਾਰਟਨਰ ਪ੍ਰੋਗਰਾਮ ਬਣ ਗਏ ਹੋ, ਯੂਟਿਊਬ ਮੋਨੇਟਾਈਜੇਸ਼ਨ ਅਪਲਾਈ ਹੋ ਗਿਆ ਤੁਹਾਡਾ, ਯੂਟਿਊਬ ਨੇ ਤੁਹਾਨੂੰ ਅਲਾਓ ਕਰਤਾ, ਉਸ ਤੋਂ ਬਾਅਦ ਕੀ ਹੁੰਦਾ, ਐਡਸੈਂਸ ਲਈ ਅਪਲਾਈ ਹੁੰਦਾ। ਪਹਿਲਾਂ ਅਪਲਾਈ ਹੁੰਦਾ, ਐਡਸੈਂਸ ਅਕਾਊਂਟ ਓਪਨ ਹੁੰਦਾ, ਠੀਕ ਆ, ਜਿਹਦੇ ਵਿੱਚ ਪੈਨ ਕਾਰਡ, ਆਧਾਰ ਕਾਰਡ, ਸਾਰੇ ਪ੍ਰੂਫ ਮੰਗੇ ਜਾਂਦੇ ਆ। ਉਸ ਤੋਂ ਬਾਅਦ ਜਿਹੜਾ ਹੁੰਦਾ ਇਹ ਐਡਸੈਂਸ ਅਕਾਊਂਟ ਦਾ ਜਿਹੜਾ ਪ੍ਰੂਫ ਹੁੰਦਾ, ਸਿਕਿਉਰਿਟੀ ਨੰਬਰ ਹੁੰਦਾ, ਉਹ ਘਰ ਆਉਂਦਾ ਆਪਣੇ। ਅਤੇ ਫਿਰ ਐਡਸੈਂਸ ਅਕਾਊਂਟ ਵੈਰੀਫਾਈ ਹੁੰਦਾ। ਵੈਰੀਫਾਈ ਹੋਣ ਤੋਂ ਬਾਅਦ, ਕਿਉਂਕਿ ਇਹ USA ਦੀ ਪੋਲਿਸੀ ਹੈ ਸਾਰੀ, ਯੂਟਿਊਬ ਜਿਹੜਾ ਉੱਥੋਂ ਸਾਰਾ ਪ੍ਰੋਗਰਾਮ ਚੱਲਦਾ ਇਹ USA ਦਾ, ਅਤੇ USA ਦੇ ਪ੍ਰੋਗਰਾਮ ਦਾ ਹਿੱਸਾ ਬਣਦੇ ਆ। ਅਤੇ ਪੇਮੈਂਟ ਵੀ ਜਿਹੜੀ ਆ US ਡਾਲਰ ਦੇ ਵਿੱਚ ਹੀ ਹੁੰਦੀ ਹੈ। ਅਤੇ ਇਹ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ। ਅਤੇ ਜਿਵੇਂ ਜਿਵੇਂ ਤੁਹਾਡੇ, ਮੰਨ ਲਓ ਤੁਹਾਡੇ 10,000 ਜਾਂ 20,000 ਸਬਸਕ੍ਰਾਈਬਰ ਹੋ ਗਏ, ਜਾਂ 1 ਲੱਖ ਸਬਸਕ੍ਰਾਈਬਰ ਹੋ ਗਏ, ਤਾਂ ਤੁਸੀਂ ਘੱਟੋ ਘੱਟ ਵੀ ਮੰਨ ਕੇ ਚਲੋ 50 ਤੋਂ 60 ਹਜ਼ਾਰ ਰੁਪਇਆ ਮਹੀਨਾ ਕਮਾ ਸਕਦੇ ਹੋ ਯੂਟਿਊਬ ਤੋਂ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਅਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਧਿਆਨ ਦੇਣਾ ਚਾਹੁੰਦਾ ਕਿ ਤੁਸੀਂ ਜਦੋਂ ਯੂਟਿਊਬ 'ਤੇ ਵਰਕ ਕਰੋਗੇ, ਤੁਸੀਂ ਸਿਰਫ ਇੱਕੋ ਕੰਟੈਂਟ 'ਤੇ ਵਰਕ ਕਰਿਓ, ਮਿਕਸ ਵੀਡੀਓਜ਼ ਨਾ ਪਾਇਓ। ਅਤੇ ਜੇ ਤੁਸੀਂ ਯੂਟਿਊਬ ਨੂੰ ਗਰੋ ਕਰਨਾ ਚਾਹੁੰਦੇ ਹੋ, ਹੈ ਨਾ, ਅਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ, ਜੇ ਤੁਸੀਂ ਕਈ ਵਾਰ ਕੀ ਹੁੰਦਾ ਆਪਣੇ ਸਬਸਕ੍ਰਾਈਬਰ ਵਾਲਾ ਕ੍ਰਾਈਟੀਰੀਆ ਪੂਰਾ ਕਰ ਲੈਂਦੇ ਹਾਂ ਆਪਾਂ, ਅਤੇ ਆਪਣੇ ਕੋਲ ਵਾਚ ਟਾਈਮ ਨਹੀਂ ਪੂਰਾ ਹੁੰਦਾ, ਹੈ ਨਾ। ਵਾਚ ਟਾਈਮ ਤੁਸੀਂ ਵਧਾਉਣ ਦੇ ਲਈ ਤੁਹਾਡੀ ਵੀਡੀਓ ਦੀ ਲੈਂਥ 15 ਤੋਂ 20 ਮਿੰਟ ਦੀ ਚਾਹੀਦੀ ਹੈ, ਠੀਕ ਆ। ਤੁਹਾਡਾ ਕੰਟੈਂਟ ਅਜਿਹਾ ਹੋਣਾ ਚਾਹੀਦਾ ਜਿਹੜਾ ਵਾਇਰਲ ਹੋਵੇ, ਅਤੇ ਤੁਸੀਂ ਇੱਦਾਂ ਦਾ ਕੰਟੈਂਟ ਯੂਜ਼ ਕਰਨਾ, ਕੋਈ 1-2 ਵੀਡੀਓ ਵਾਇਰਲ ਹੋ ਗਈਆਂ ਤਾਂ ਤੁਹਾਡੀਆਂ ਜਿਹੜਾ ਵਾਚ ਟਾਈਮ ਆਪਣੇ ਆਪ ਪੂਰਾ ਹੋ ਜਾਏਗਾ। ਅਤੇ ਤੁਸੀਂ ਰੂਟੀਨ ਦੇ ਵਿੱਚ ਤੁਸੀਂ ਸੋਚਣਾ 2 ਵੀਡੀਓ ਪਾਉਣੀਆਂ ਹੀ ਪਾਉਣੀਆਂ, ਇਹ ਨਾ ਹੋਵੇ ਤੁਸੀਂ 1 ਵੀਡੀਓ ਅੱਜ ਪਾਓ, 1 ਵੀਡੀਓ ਮਹੀਨੇ ਬਾਅਦ ਪਾਓ, ਫਿਰ ਤੁਹਾਡਾ ਵਾਚ ਟਾਈਮ ਪੂਰਾ ਹੋਣਾ ਜਿਹੜਾ ਬਹੁਤ ਮੁਸ਼ਕਲ ਆ। ਰੂਟੀਨ ਦੇ ਵਿੱਚ ਘੱਟੋ ਘੱਟ ਵੀ 2 ਵੀਡੀਓ ਤਾਂ ਤੁਸੀਂ ਪਾਓ ਯੂਟਿਊਬ 'ਤੇ। ਅਤੇ ਮੈਨੂੰ ਆਸ ਹੈ ਤੁਹਾਡੇ ਲਈ ਇਹ ਵੀਡੀਓ ਵਧੀਆ ਹੋਏਗੀ, ਫਾਇਦੇਮੰਦ ਹੋਏਗੀ। ਅਗਰ ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਲਾਈਕ ਕਮੈਂਟ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੋ ਚੈਨਲ 'ਤੇ ਨਵੇਂ ਨੇ। ਚੈਨਲ ਨੂੰ ਵਾਚ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।